ਸਤਾਰਾਂ ਦੇ ਵਿੱਚ ਜਿਨ੍ਹਾਂ ਨੇ ਬੂਤ ਲਾਇਆ ਉਹਨਾਂ ਦੇ ਪਰਚੇ ਕਰਵਾਏ। ਮੈਂ ਤੁਹਾਨੂੰ ਇਹਦੇ ਸਾਰੇ ਡਾਕੂਮੈਂਟਸ ਦਊਂਗਾ ਪ੍ਰੈਸ ਨੂੰ। ਇਸ ਤੋਂ ਬਾਅਦ ਦੇਖੋ ਜੀ, ਕਿਸੇ ਤੇ ਕੁਛ ਵੀ ਕਹਿ ਦਿਓ, ਜੇ ਪਰਚੇ ਚੱਲਦੇ ਆ ਕੁਛ ਤਾਂ ਪਾਰਟੀ ਨੂੰ ਦਿਖਾਉਣੇ ਚਾਹੀਦੇ ਸੀ ਇਹਨਾਂ ਨੂੰ, ਅਤੇ ਜੇ ਪਾਰਟੀ ਨੂੰ ਕੁਛ ਟੈਂਜੀਬਲ ਨਜ਼ਰ ਆਉਂਦਾ ਪਾਰਟੀ ਬਿਲਕੁਲ ਟਿਕਟ ਨਾ ਦਿੰਦੀ। ਜੇ ਕਿਸੇ ਦੇ ਕਹਿਣ ਨਾਲ ਇਲਜ਼ਾਮ ਸਿੱਧ ਨਹੀਂ ਹੁੰਦੇ ਹੁੰਦੇ ਸਰ। ਉਹਨਾਂ ਨੇ ਲਿਖਤੀ ਰੂਪ ਵਿੱਚ ਪਾਰਟੀ ਨੂੰ ਵੀ ਦਿੱਤਾ ਵੀ ਮੇਰੇ ਤੋਂ 1.5 ਲੱਖ ਰਿਸ਼ਵਤ, 50,000 ਕਿਸੇ ਮਸਲੇ 'ਚ, 1 ਲੱਖ ਰੁਪਇਆ ਕਿਸੇ ਮਸਲੇ 'ਚ। ਪੈਸੇ ਵਾਲੀ ਗੱਲ ਜਿਹੜੀ ਇਹ ਕਹਿੰਦੇ ਆ, ਇਹ ਬਿਲਕੁਲ ਸਰਾਸਰ ਬੇਬੁਨਿਆਦ ਆ ਅਤੇ ਗਰੀਬ ਸਰਸਾ ਵਾਲੀ ਗੱਲ। ਪਾਰਟੀ ਦਾ ਜਿਹੜਾ ਫੈਸਲਾ ਹੈ ਉਹ ਬੜੇ ਫੈਕਟਰਸ ਦੇਖ ਕੇ ਲਿਆ ਜਾਂਦਾ, ਅਤੇ ਅਸੀਂ ਤਾਂ ਵਾਰ ਵਾਰ ਸਾਰੇ ਕਹਿੰਦੇ ਹਾਂ ਕਿ ਅਸੀਂ ਟਿਕਟਾਂ ਲਈ ਨਹੀਂ ਪਾਰਟੀ 'ਚ ਆਏ, ਅਤੇ ਜੇ ਇੱਕ ਟਿਕਟ ਨਹੀਂ ਮਿਲੀ ਤਾਂ ਫਿਰ ਪਾਰਟੀ ਮਾੜੀ ਥੋੜ੍ਹੀ ਹੋ ਜਾਂਦੀ ਹੁੰਦੀ ਹੈ। ਜਦੋਂ ਹਰਜੋਤ ਬੈਂਸ ਨੂੰ ਇਹਨਾਂ ਨੇ ਇੰਨੀਆਂ ਜ਼ਿਆਦਾ ਵੋਟਾਂ ਦਵਾਈਆਂ, ਉਦੋਂ ਵੀ ਪਾਰਟੀ ਦੀਆਂ ਗਲਤ ਰਣਨੀਤੀਆਂ ਕਰਕੇ ਪੈਰਾਸ਼ੂਟ ਰਾਹੀਂ ਕੈਂਡੀਡੇਟ ਆਇਆ ਸੀਗਾ, ਅਤੇ ਉਦੋਂ ਵੀ ਪਾਰਟੀ ਨੇ ਆਮ ਵਰੰਟੀਅਰਾਂ ਦੀ ਨਹੀਂ ਸੀ ਸੁਣੀ। ਉਹੀ ਹੁਣ ਉਹਨਾਂ ਨੇ ਪਾਰਟੀ ਨੇ ਆਪਣੀ ਪੁਰਾਣੀ ਸੋਚ ਨੂੰ ਦੁਹਰਾਉਂਦੇ ਹੋਏ ਹੁਣ ਵੀ ਉਹੀ ਧੱਕਾ ਕੀਤਾ, ਪੁਰਾਣੇ ਵਰੰਟੀਅਰਾਂ ਦੀ ਸਾਰ ਨਹੀਂ ਦਿੱਤੀ ਗਈ। ਪਹਿਲਾਂ ਵੀ ਅਸੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੱਕ ਇਹ ਗੱਲ ਪਹੁੰਚਾਈ ਸੀ ਵੀ ਸਾਡੇ ਸਾਰੇ ਪੁਰਾਣੇ ਯੋਧਿਆਂ ਦੇ ਵਿੱਚੋਂ ਕਿਸੇ ਇੱਕ 'ਤੇ ਸਿਹਰਾ ਬੰਨ ਦਿਓ, ਅਸੀਂ ਉਹਦਾ ਸਾਥ ਦੇਵਾਂਗੇ ਅਤੇ ਪਾਰਟੀ ਨੂੰ ਸਾਹਣੇਵਾਲ ਦੀ ਸੀਟ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਵਾਂਗੇ। ਸਾਡੀਆਂ ਗੱਲਾਂ ਨੂੰ ਉਹਨਾਂ ਨੇ ਨਜ਼ਰਅੰਦਾਜ਼ ਕੀਤਾ, ਸਾਡੀਆਂ ਭਾਵਨਾਵਾਂ ਦੇ ਨਾਲ ਉਹਨਾਂ ਨੇ ਖਿਲਵਾੜ ਕੀਤਾ ਹੈਗਾ। ਆਮ ਆਦਮੀ ਪਾਰਟੀ ਦੇ ਸਾਹਣੇਵਾਲ ਤੋਂ ਐਲਾਨੇ ਗਏ ਉਮੀਦਵਾਰ ਹਰਦੀਪ ਮੁੰਡਿਆ ਨੇ ਖਿਲਾਫ ਸਾਹਣੇਵਾਲ ਤੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਿੱਧੇ ਤੌਰ 'ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਨ 'ਤੇ ਸਵਾਲ ਖੜੇ ਕੀਤੇ ਗਏ ਅਤੇ ਕਿਹਾ ਕਿ ਪਾਰਟੀ ਵੱਖ ਵੱਖ ਸਿਆਸੀ ਪਾਰਟੀਆਂ ਤੋਂ ਛੱਡ ਕੇ ਆਏ ਭ੍ਰਿਸ਼ਟ ਆਗੂਆਂ ਨੂੰ ਟਿਕਟਾਂ ਵੰਡ ਰਹੀ ਹੈ। ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਵੀ ਅਤੇ ਹੁਣ ਸਾਹਣੇਵਾਲ ਦੇ ਅੰਦਰ ਵੀ ਕਾਂਗਰਸ ਤੋਂ 1 ਮਹੀਨਾ ਪਹਿਲਾਂ ਆਏ ਉਮੀਦਵਾਰ ਨੂੰ ਟਿਕਟ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਉਹ 2013 ਭਾਰਤ ਵਿੱਚ ਜਦੋਂ ਭ੍ਰਿਸ਼ਟਾਚਾਰ ਦੇ ਖਿਲਾਫ ਦਿੱਲੀ ਵਿੱਚ ਪ੍ਰਦਰਸ਼ਨ ਹੋਇਆ ਸੀ ਉਦੋਂ ਤੋਂ ਹੀ ਜੁੜੇ ਹੋਏ ਨੇ, ਪਰ ਟਿਕਟਾਂ ਦੀ ਵੰਡ ਵੇਲੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਵਿੱਚੋਂ ਜਿਹਨੂੰ ਮਰਜ਼ੀ ਟਿਕਟ ਦੇ ਦਿੱਤੀ ਜਾਵੇ, ਪਰ ਜਿਸ ਨੂੰ ਟਿਕਟ ਦਿੱਤੀ ਗਈ ਹੈ ਉਸ ਦੀ ਟਿਕਟ ਤੁਰੰਤ ਕੱਟੀ ਜਾਵੇ। ਉਹਨਾਂ ਨੇ 24 ਘੰਟਿਆਂ ਦਾ ਸਮਾਂ ਹਾਈ ਕਮਾਨ ਨੂੰ ਦੇ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਲੀਡਰਸ਼ਿਪ ਨੇ ਸਫਾਈ ਦਿੰਦਿਆਂ ਕਿਹਾ ਕਿ ਇਹਨਾਂ ਲੀਡਰਾਂ ਵੱਲੋਂ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਗਲਤ ਨੇ। ਉਹਨਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਯੋਗਤਾ ਦੇ ਮੁਤਾਬਕ ਹੀ ਟਿਕਟ ਦਾ ਫੈਸਲਾ ਕਰਦੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਹਰਦੀਪ ਮੁੰਡਿਆ ਦਾ ਰਸੂਖ ਉਸ ਇਲਾਕੇ ਵਿੱਚ ਚੰਗਾ ਸੀ ਜਾਂ ਉਹ ਹੀ ਉਸ ਸੀਟ ਤੋਂ ਫਿੱਟ ਹੋ ਰਹੇ ਸਨ ਤਾਂ ਹੀ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਅਹਿਬਾਬ ਗਰੇਵਾਲ ਨੇ ਜਦੋਂ ਆਪ ਦੇ ਆਗੂਆਂ ਵੱਲੋਂ ਅਲਟੀਮੇਟਮ ਦੇਣ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਦਾ ਲੋਕਤੰਤਰਿਕ ਅਧਿਕਾਰ ਹੈ, ਉਹ ਵਿਰੋਧ ਕਰ ਸਕਦੇ ਨੇ, ਪਰ ਆਮ ਆਦਮੀ ਪਾਰਟੀ ਵਿੱਚ ਕੋਈ ਵੀ ਵਾਲੰਟੀਅਰ ਟਿਕਟ ਦੇ ਚਾਹਤ ਕਰਕੇ ਪਾਰਟੀ ਜੁਆਇਨ ਨਹੀਂ ਕਰਦਾ। ਹੋਰ ਇਸ ਮੌਕੇ ਉੱਤੇ ਉਹਨਾਂ ਵੱਲੋਂ ਕੀ ਕਿਹਾ ਗਿਆ ਉਹ ਤੁਸੀਂ ਵੀ ਸੁਣੋ। ਵੱਡੇ ਵੀ ਰਸ਼ਪਾਲ ਸਿੰਘ ਜੀ ਉੱਪਰ ਅਸੀਂ ਸਾਰੇ ਹੀ ਜਿਹੜੇ ਹਲਕਾ ਸੇ ਚੱਲੇ ਹੋਏ ਹਾਂ 14 ਤੌਰ ਪਾਰਟੀ ਲਈ ਦਿਨ ਰਾਤ ਇੱਕ ਕੀਤਾ। ਰਸ਼ਪਾਲ ਨੂੰ ਇਲੈਕਸ਼ਨ ਦੇ ਵਿੱਚ ਥੋੜ੍ਹਾ ਟਾਈਮ ਰਹਿ ਗਿਆ, 1.5 ਮਹੀਨੇ ਪਹਿਲਾਂ ਇੱਕ ਕਰਪਟ ਬੰਦਾ, ਭ੍ਰਿਸ਼ਟਾਚਾਰੀ ਬੰਦਾ ਜਿਹਦੇ 'ਤੇ ਹਰ ਤਰ੍ਹਾਂ ਦੇ, ਉਸ ਬੰਦੇ ਨੂੰ ਪਾਰਟੀ ਨੇ ਚੱਕ ਕੇ ਅੱਜ ਟਿਕਟ ਦੇ ਦਿੱਤੀ ਆ। ਅਸੀਂ ਇਸ ਚੀਜ਼ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਔਰ ਪਾਰਟੀ ਨੂੰ ਅਪੀਲ ਕਰਦੇ ਹਾਂ ਇਸ ਜਿਹੜਾ ਆਪਣਾ ਜਿਹੜਾ ਤੁਹਾਡਾ ਫੈਸਲਾ ਇਸ 'ਤੇ ਜ਼ਰੂਰ ਝਾਤ ਮਾਰੀ ਕਰੀ। ਰਸ਼ਪਾਲ ਜੀ ਜਾ ਰਹੇ ਹੋ ਜੀ? ਨਹੀਂ, ਅਸੀਂ ਜੀ ਸਾਰੀ ਟੀਮ ਆਮ ਆਦਮੀ ਪਾਰਟੀ ਦੀ ਹਲਕਾ ਸਾਹਣੇਵਾਲ ਤੋਂ ਸਾਰੇ ਅਸੀਂ ਪੁਰਾਣੇ ਲੀਡਰ ਜਿਨ੍ਹਾਂ ਨੇ ਪੁਰਾਣੇ ਟਾਈਮ ਤੋਂ ਹੀ ਜਦੋਂ ਹਰਜੋਤ ਬੈਂਸ ਨੂੰ ਇਹਨਾਂ ਨੇ ਇੰਨੀਆਂ ਜ਼ਿਆਦਾ ਵੋਟਾਂ ਦਵਾਈਆਂ ਉਦੋਂ ਵੀ ਪਾਰਟੀ ਦੀਆਂ ਗਲਤ ਰਣਨੀਤੀਆਂ ਕਰਕੇ ਪੈਰਾਸ਼ੂਟ ਰਾਹੀਂ ਕੈਂਡੀਡੇਟ ਆਇਆ ਸੀਗਾ, ਅਤੇ ਉਦੋਂ ਵੀ ਪਾਰਟੀ ਨੇ ਆਮ ਵਰੰਟੀਅਰਾਂ ਦੀ ਨਹੀਂ ਸੀ ਸੁਣੀ। ਉਹੀ ਹੁਣ ਉਹਨਾਂ ਨੇ ਪਾਰਟੀ ਨੇ ਆਪਣੀ ਪੁਰਾਣੀ ਸੋਚ ਨੂੰ ਦੁਹਰਾਉਂਦੇ ਹੋਏ ਹੁਣ ਵੀ ਉਹੀ ਧੱਕਾ ਕੀਤਾ, ਪੁਰਾਣੇ ਵਰੰਟੀਅਰਾਂ ਦੀ ਸਾਰ ਨਹੀਂ ਦਿੱਤੀ ਗਈ, ਕਿਉਂਕਿ ਜਿਨ੍ਹਾਂ ਨੇ 24 ਘੰਟੇ ਆਪਣੀ ਜੇਬੋਂ ਪੈਸਾ ਲਾ ਕੇ ਬੈਨਰ ਪੋਸਟਰ ਇਹਨਾਂ ਦੀਆਂ ਪਹਿਲੀਆਂ ਗਰੰਟੀਆਂ ਘਰ ਘਰ ਤੱਕ ਪਹੁੰਚਾਇਆ ਵੀ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਕੱਲ੍ਹ ਦੇ ਹੋਏ ਬੰਦੇ ਨੂੰ ਇਹਨਾਂ ਨੇ ਸਾਡੇ ਸਿਰ 'ਤੇ ਬਿਠਾ ਤਾ, ਜਿਹੜਾ ਕਿ ਕਾਂਗਰਸ ਦੇ ਨਾਲ ਔਰ ਮਾਫੀਆ ਦੇ ਨਾਲ ਸੰਬੰਧਿਤ ਹੈ। ਅਸੀਂ ਉਸ ਦੇ ਉਪਲਕਸ਼ ਦੇ ਵਿੱਚ ਸਾਰੇ ਭਰਾਵਾਂ ਨੇ ਏਕਾ ਕੀਤਾ ਹੋਇਆ ਔਰ ਪਹਿਲਾਂ ਵੀ ਅਸੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੱਕ ਇਹ ਗੱਲ ਪਹੁੰਚਾਈ ਸੀ ਵੀ ਸਾਡੇ ਸਾਰੇ ਪੁਰਾਣੇ ਯੋਧਿਆਂ ਦੇ ਵਿੱਚੋਂ ਕਿਸੇ ਇੱਕ 'ਤੇ ਸਿਹਰਾ ਬੰਨ ਦਿਓ, ਅਸੀਂ ਉਹਦਾ ਸਾਥ ਦੇਵਾਂਗੇ ਅਤੇ ਪਾਰਟੀ ਨੂੰ ਸਾਹਣੇਵਾਲ ਦੀ ਸੀਟ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਵਾਂਗੇ। ਸਾਡੀਆਂ ਗੱਲਾਂ ਨੂੰ ਉਹਨਾਂ ਨੇ ਨਜ਼ਰਅੰਦਾਜ਼ ਕੀਤਾ, ਸਾਡੀਆਂ ਭਾਵਨਾਵਾਂ ਦੇ ਨਾਲ ਉਹਨਾਂ ਨੇ ਖਿਲਵਾੜ ਕੀਤਾ ਹੈਗਾ, ਅਤੇ ਜੋ ਕਿ ਆਮ ਆਦਮੀ ਪਾਰਟੀ, ਕਿਉਂਕਿ ਆਮ ਜਨਤਾ ਦੀ ਪਾਰਟੀ ਹੈ, ਅਸੀਂ ਆਮ ਆਦਮੀ ਦੇ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਸੁਪਨਾ ਅਸੀਂ ਉਹ ਘਰ ਘਰ ਪਹੁੰਚਾਉਂਦੇ ਪਏ ਹਾਂ ਔਰ ਉਹ ਲੋਕ ਸਾਡੇ ਤੋਂ ਜਵਾਬ ਮੰਗਦੇ ਨੇ। ਉਹਨਾਂ ਲੋਕਾਂ ਦੇ ਸਾਨੂੰ ਰਾਤ ਦੇ ਫੋਨ ਆ ਰਹੇ ਨੇ ਕਿ ਇੱਕ
ਕਾਂਗਰਸ ਦਾ ਪਲੈਨਡ ਬੰਦਾ ਤੁਹਾਡੇ ਸਿਰ ਤੇ ਆ ਕੇ ਬੈਠ ਗਿਆ ਵੀ ਹੁਣ ਤੁਸੀਂ ਕੀ ਕਰੋਗੇ? ਕਾਰਨ ਕੀ ਮੰਨਦੇ ਹੋ, ਕੀ ਕਾਰਨ ਹੈ ਵੀ ਜਿਹੜੀ ਟਿਕਟ ਦਿੱਤੀ ਗਈ ਹੈ ਉਹਨੂੰ? ਹਾਂਜੀ, ਕੀ ਕਾਰਨ ਵੀ ਕਥਿਤ ਤੌਰ ਤੇ ਅਸੀਂ ਇਹੀ ਕਹਿੰਦੇ ਹੈਗੇ ਆ ਵੀ ਕੋਈ ਨਾ ਕੋਈ ਸੈਟਿੰਗ ਹੋਈ ਹੈ, ਕਿਉਂਕਿ ਜੋ ਦੂਜੇ ਹਲਕਿਆਂ ਦੇ ਵਿੱਚ ਜਾਂ ਜਿੰਨੇ ਵੀ ਉੱਪਰਲੇ ਆਗੂ ਨੇ ਉਹਨਾਂ ਦੇ ਇਲਜ਼ਾਮ ਲੱਗੇ ਨੇ, ਸਾਨੂੰ ਵੀ ਹੁਣ ਇਹ ਸ਼ੱਕ ਹੈਗਾ ਵਾ ਵੀ ਉਹ ਰਣਨੀਤੀ ਇਹਨਾਂ ਨੇ ਸਾਡੇ ਨਾਲ ਵੀ ਧੱਕਾ ਤਾਂ ਹੀ ਹੋਇਆ ਜੀ। ਜਿਵੇਂ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਮਦਨ ਲਾਲ ਬੱਗਾ, ਭੋਲਾ ਗਰੇਵਾਲ ਇਹ ਸਾਰੇ ਜਿਹੜੇ ਹੈ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਸੀਗੇ, ਉਹਨਾਂ ਨੂੰ ਟਿਕਟ ਚਾਰ ਕੈਂਡੀਡੇਟ ਜਿਹੜੇ ਦੂਜੀਆਂ ਪਾਰਟੀਆਂ ਤੋਂ ਆਏ ਨੇ, ਚਾਹੇ ਪੱਪੀ ਪਰਾਸ਼ਰ ਦੀ ਗੱਲ ਕਰੀਏ, ਚਾਹੇ ਸਿੱਧੂ ਕਰਵਾ ਸਿੱਧੂ ਦੀ ਗੱਲ ਕਰੀਏ, ਗਿਆਸਪੁਰਾ ਵੀ ਪੰਜ ਇੱਥੇ ਹੁਣ ਸੀਮਾ ਵੀ। ਹਾਂ ਬਿਲਕੁਲ ਇਹੀ ਗੱਲ ਹੈ ਜੀ, ਸਾਰੇ ਪਾਸੇ ਇਹੀ ਪ੍ਰੋਬਲਮ ਆ ਰਹੀ। ਕਿਉਂ ਕਾਰਨ ਕੀ ਮੰਨਦੇ ਹੋ ਵੀ ਤੁਹਾਡੇ 'ਚ ਕੋਈ ਕਾਬਲ ਨਹੀਂ ਬੰਦਾ? ਸਾਡੇ ਪ੍ਰਦੀਪ ਖਾਲਸਾ ਜੀ ਦੱਸਣਗੇ। ਹਾਂਜੀ ਸਰ, ਗੱਲ ਇਹ ਆ ਦੇਖੋ, ਅਸੀਂ 2013 ਤੋਂ ਅੰਨਾ ਹਜ਼ਾਰੇ ਅਨਸ਼ਨ ਤੋਂ ਜੁੜੇ ਹੋਏ ਯੋਧੇ ਹਾਂ। ਬਾਈ ਬੈਠਾ ਆ, ਬਾਈ ਬੈਠਾ ਰਿਪਾਲ ਬਾਈ ਜੀ ਵੀ, ਦੇਖੋ ਜੋ ਸਾਡੀ ਦਿਲ ਦੀ ਗੱਲ ਆ, ਬਾਈ ਜੀ ਬੈਠੇ ਆ ਭਾਵੇਂ 6 ਮਹੀਨੇ 8 ਮਹੀਨੇ ਪਹਿਲਾਂ ਪਾਰਟੀ 'ਚ ਆਇਆ, ਪਰ ਸਮਰਪਿਤ ਹੋ ਗਏ। ਇਹਨਾਂ ਨੇ ਹਮੇਸ਼ਾ ਸਾਡੀ ਟੀਮ 'ਚ ਇੱਕੋ ਗੱਲ ਕੀਤੀ, ਆਪਣੇ 'ਚੋਂ ਕਿਸੇ ਨੂੰ ਵੀ ਟਿਕਟ ਮਿਲੇ ਆਪਾਂ ਮਿਲ ਕੇ ਚੱਲਾਂਗੇ। ਪਰ ਪਾਰਟੀ ਨੇ ਜੋ ਲੁਧਿਆਣੇ ਦੀਆਂ ਸੀਟਾਂ 'ਤੇ ਕੁਤਾਹੀ ਕੀਤੀ, ਉਹ ਕੁਤਾਹੀ ਸਾਹਨੇਵਾਲ 'ਚ ਵੀ ਕੀਤੀ ਆ, ਪਰ ਸਾਹਨੇਵਾਲ 'ਚੋਂ ਕੁਤਾਹੀ ਮਹਿੰਗੀ ਇਸ ਕਰਕੇ ਪੈਣੀ ਆ ਪਾਰਟੀ ਨੂੰ, ਕਿਉਂਕਿ 1.5 ਮਹੀਨਾ ਪਹਿਲਾਂ ਬੰਦਾ ਆਇਆ ਔਰ ਉਸ ਬੰਦੇ 'ਤੇ ਕਥਿਤ ਤੌਰ 'ਤੇ ਜਿਹੜੇ ਇਲਜ਼ਾਮ ਨੇ ਕਿ ਲੋਕਾਂ 'ਤੇ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਰਮਜੀਤ ਸਿੰਘ ਪੰਮੀ ਕੜਿਆਣੇ ਤੋਂ 2017 ਦੇ ਵਿੱਚ ਜਿਨ੍ਹਾਂ ਨੇ ਬੂਥ ਲਾਇਆ ਉਹਨਾਂ ਦੇ ਪਰਚੇ ਕਰਵਾਏ, ਮੈਂ ਤੁਹਾਨੂੰ ਇਹਦੇ ਸਾਰੇ ਡਾਕੂਮੈਂਟਸ ਦਊਂਗਾ ਪ੍ਰੈਸ ਨੂੰ। ਇਸ ਤੋਂ ਬਾਅਦ ਉਹਨਾਂ ਨੇ ਲਿਖਤੀ ਰੂਪ ਵਿੱਚ ਪਾਰਟੀ ਨੂੰ ਵੀ ਦਿੱਤਾ ਵੀ ਮੇਰੇ ਤੋਂ 1.5 ਲੱਖ ਰਿਸ਼ਵਤ, 50,000 ਕਿਸੇ ਮਸਲੇ 'ਚ, 1 ਲੱਖ ਰੁਪਇਆ ਕਿਸੇ ਮਸਲੇ 'ਚ। ਉਸ ਤੋਂ ਬਿਨਾਂ ਇਲਾਕੇ ਦੇ ਵਿੱਚ ਸਾਹਨੇਵਾਲ ਦੇ ਵਿੱਚ ਇਹ ਬੰਦਾ ਰੇਤ ਚੋਰ ਆ, ਰੇਤ ਮਾਫੀਆ ਦਾ ਗਰੋਹ ਬੰਦਾ ਇਹ, ਔਰ ਕੋਈ ਘਪਲਾ ਕਰਨ ਤੋਂ ਛੱਡਦਾ ਨਹੀਂ। ਹਲਕਾ ਸਾਹਨੇਵਾਲ ਦੇ ਵਿੱਚ ਪਿੰਡ ਪਿੰਡ ਵਿੱਚ ਪਾਰਟੀ ਤੱਕ ਆਵਾਜ਼ ਪਹੁੰਚਾਈ ਗਈ, ਅਸੀਂ ਕਿਹਾ ਪਾਰਟੀ ਦਾ ਨੁਕਸਾਨ ਨਾ ਹੋਵੇ, ਪਿੰਡ ਪਿੰਡ ਦੇ ਵਿੱਚ ਚਰਚਾ ਬਿੱਟੀ ਦੇ ਮਾਸੜ ਦੀ, ਜਿਹਨੂੰ ਧਾਂਦਲੀ ਕਹਿੰਦੇ ਆ, ਉਹ ਧਾਂਦਲੀ ਬਾਰੇ ਜਿੱਦਣ ਇਸ ਬੰਦੇ ਨੇ ਜੁਆਇਨ ਕੀਤਾ ਮੈਨੂੰ ਇਹ ਮਿਲਿਆ, ਮੈਂ ਇਹਨੂੰ ਕਿਹਾ ਬਾਈ ਜੀ, ਕਹਿੰਦਾ ਮੈਨੂੰ ਕਹਿੰਦਾ ਮੇਰਾ ਸਾਥ ਦਿਓ। ਮੈਂ ਕਿਹਾ ਗੱਲ ਸੁਣ ਮੇਰੀ, ਤੂੰ ਹੈਗਾ ਕਰਪਟ ਬੰਦਾ, ਕਰਪਟ ਬੰਦਿਆਂ ਦਾ ਅਸੀਂ ਸਾਥ ਨਹੀਂ ਦਿੰਦੇ, ਅਸੀਂ ਅਰਵਿੰਦ ਕੇਜਰੀਵਾਲ ਦੀ ਸੋਚ 'ਤੇ ਪਹਿਰਾ ਦਿੰਦੇ ਹਾਂ, ਅੱਜ ਵੀ ਦੇ ਰਹੇ ਹਾਂ। ਮੈਂ ਇਹਨੂੰ ਕਿਹਾ ਵੀ ਮੈਂ ਧਾਂਦਲੀ ਨਾਲ ਕੋਈ, ਮੈਂ ਨਹੀਂ ਸਟੇਜ ਸਾਂਝੀ ਕਰਨੀ, ਕਹਿੰਦਾ ਧਾਂਦਲੀ ਬਾਰੇ ਕੋਈ ਗੱਲ ਨਹੀਂ ਕਰਨੀ, ਕਹਿੰਦਾ ਮਾਸੜ ਬਿੱਟੀ ਦਾ ਨਹੀਂ ਮੇਰਾ। ਇਟ ਮੀਨਸ ਇਸ ਇਹ ਬੰਦਾ ਜਿਹੜਾ ਸਾਡੇ ਚੁੰਟੇ 'ਚ ਚਿੱਟਾ ਵਿਕਦਾ ਉਹਦੇ 'ਚ ਵੀ ਇਹ ਬੰਦਾ ਜਿਹੜਾ, ਤੁਸੀਂ ਪਾਰਟੀ ਹਾਈ ਕਮਾਂਡ ਦਾ ਗੱਲ ਪਹੁੰਚਾਈ, ਆਪਣੀ ਗੱਲ ਰੱਖੀ, ਅਸੀਂ ਜਿਹੜਾ ਜਿਹੜਾ ਮਾਧਿਅਮ ਸੀਗਾ ਗੁਪਤ ਤਰੀਕੇ ਨਾਲ, ਅਸੀਂ ਚਾਹੁੰਦੇ ਸੀ ਪਾਰਟੀ ਦਾ ਨੁਕਸਾਨ ਨਾ ਹੋਵੇ, ਹਲਕਾ ਸਾਹਨੇਵਾਲ 'ਚ ਅਸੀਂ ਗੁਪਤ ਤਰੀਕੇ ਨਾਲ ਪਾਰਟੀ ਤੱਕ ਜਿਹੜੀ ਗੱਲ ਪਹੁੰਚਾਈ ਆ, ਪਰ ਉਸ ਚੀਜ਼ ਦਾ ਕੋਈ ਅਸਰ ਨਹੀਂ ਹੋਇਆ। ਔਰ ਮੈਂ ਸਭ ਤੋਂ ਵੱਡੀ ਗੱਲ ਇਹ ਕਹਿੰਦਾ, ਅਸੀਂ ਜੋ ਅੱਜ ਕਰ ਰਹੇ ਹਾਂ, ਹੋ ਸਕਦਾ ਲੋਕਾਂ ਨੂੰ ਲੱਗੇ ਵਿਰੋਧ ਆ, ਪਰ ਅਸੀਂ ਅਰਵਿੰਦ ਕੇਜਰੀਵਾਲ ਦੀ ਸੋਚ 'ਤੇ ਪਹਿਰਾ ਦੇ ਰਹੇ ਹਾਂ। ਉਹ ਕਿਵੇਂ ਦੇ ਰਹੇ ਹਾਂ? ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਦੀ ਲੜਾਈ ਸ਼ੁਰੂ ਕੀਤੀ ਆ, ਉਹ ਭ੍ਰਿਸ਼ਟ, ਅਗਰ ਅਕਾਲੀ ਕਾਂਗਰਸੀ ਹੋ ਸਕਦੇ ਆ, ਜੇ ਸਾਡੀ ਆਮ ਆਦਮੀ ਪਾਰਟੀ ਜੀ ਭ੍ਰਿਸ਼ਟ ਸਾਡੇ ਸਿਰ 'ਤੇ ਬਹਿ ਜੂਗਾ ਕਿ ਅਸੀਂ ਕਿਵੇਂ ਮਨਜ਼ੂਰ ਕਰਾਂਗੇ ਉਹਨੂੰ? ਅਗਲੀ ਰਣਨੀਤੀ ਕੀ ਰਹੂਗੀ ਹੁਣ, ਕੀ ਕਰੋਗੇ ਚੋਣਾਂ ਦੇ ਵਿੱਚ? ਬਾਈਕਾਟ ਕਰੋਗੇ, ਆਜ਼ਾਦ ਖੜੋਗੇ? ਅਗਲੀ ਰਣਨੀਤੀ ਕੀ ਹੋਵੇ? ਅਗਲੀ ਰਣਨੀਤੀ ਬਾਈ ਜੀ ਇਹ ਹੈਗੀ ਆ ਵੀ ਭਰਾ ਬੈਠੇ ਨੇ ਵੱਡੇ, ਹਜੇ ਅਸੀਂ ਪਾਰਟੀ ਨੂੰ 24 ਘੰਟੇ ਦਾ ਟਾਈਮ ਦੇ ਰਹੇ ਹਾਂ ਕਿ ਉਹ ਆਪਣੀ ਗਲਤੀ ਸੁਧਾਰ ਲੈਣ, ਸਾਡੇ ਸਾਰਿਆਂ 'ਚੋਂ ਕਿਸੇ ਇੱਕ ਦੇ ਸਿਰ 'ਤੇ ਸੇਰਾ ਬੰਨ ਲੈਣ, ਅਤੇ ਅਸੀਂ ਇਹ ਗਰੰਟੀ ਦਿੰਦੇ ਹਾਂ ਵੀ ਅਸੀਂ ਸਾਹਨੇਵਾਲ ਹਲਕੇ ਨੂੰ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਵਾਂਗੇ, ਅਤੇ ਬਾਕੀ ਪਾਸੇ ਵੀ ਅਸੀਂ ਜ਼ੋਰ ਲਾਵਾਂਗੇ, ਕਿਉਂਕਿ ਜਿੱਥੇ ਜਿੱਥੇ ਸਾਡਾ ਅਸਰ ਰਸੂਖ ਹੈਗਾ ਵਾ। ਇਹੀ ਮੈਂ ਜਿੰਨੇ ਸਾਡੇ ਪੁਰਾਣੇ MLA ਨੇ ਜਾਂ ਵੱਡੇ ਆਗੂ ਨੇ, ਮੈਂ ਅੱਜ ਸਵੇਰੇ ਉਹਨਾਂ ਨੂੰ ਸੁਨੇਹਾ ਲਾਇਆ ਹੈਗਾ ਕਿ ਆਪਣੀ ਆਮ ਆਦਮੀ ਪਾਰਟੀ ਇਹ ਗਲਤੀ ਸਾਹਨੇਵਾਲ ਵਾਲੀ ਸੁਧਾਰ ਲਵੇ, ਅਤੇ ਅਸੀਂ ਬਾਕੀ ਪਾਸੇ ਵੀ ਜ਼ੋਰ ਲਾਵਾਂਗੇ, ਨਹੀਂ ਤਾਂ ਆਉਣ ਵਾਲਾ ਟਾਈਮ ਜਿਹੜਾ ਹੈਗਾ ਸਾਡਾ ਜਵਾਬ ਤੁਹਾਡੇ ਸਾਹਮਣੇ ਆਏਗਾ ਜੀ। ਇੱਕ ਬੇਨਤੀ, ਪਾਰਟੀ ਦੇ ਫੈਸਲੇ ਤੋਂ ਬਾਅਦ ਹੈ। ਸੁਣੋ ਭਾਜੀ ਇੱਕ ਮਿੰਟ, ਦੱਸਾਂਗੇ ਅਸੀਂ ਸਾਡਾ, ਮੈਂ ਸਵੇਰੇ ਘਰ ਵੀ 200 ਵਲੰਟੀਅਰ ਘਰ ਇਕੱਠਾ ਹੋ ਗਿਆ ਸੀ, ਬਾਈ ਜੀ ਹੁਣੇ ਸਾਰੇ ਸਾਡੀ ਸਲਾਹ ਸੀ, ਆਪਾਂ ਇਕੱਠੇ PC ਇੱਥੇ ਕਰਾਂਗੇ, ਇੱਥੇ ਆ ਕੇ PC ਕਰ ਰਹੇ ਹਾਂ। ਸੰਗਤ ਸਾਡੀ, ਲੋਕ ਸਾਡੇ, ਵਲੰਟੀਅਰ ਆਮ ਆਦਮੀ ਪਾਰਟੀ ਦੇ ਜੋ ਸਾਨੂੰ ਹੁਕਮ ਲਾਉਣਗੇ ਉਹ ਸਿਰ ਮੱਥੇ ਪ੍ਰਵਾਨ ਕਰਾਂਗੇ। ਪਹਿਲਾਂ ਅਸੀਂ ਪਾਰਟੀ ਨੂੰ ਅਲਟੀਮੇਟਮ ਦਿੰਦੇ ਹਾਂ 24 ਘੰਟੇ ਦਾ ਕਿ ਪਾਰਟੀ ਇਸ 'ਤੇ ਵਿਚਾਰ ਕਰੇ। 4 ਬੈਠੇ ਆ, 4 ਚੋਂ ਕਿਸੇ ਨੂੰ ਲਾ ਦੇਵੇ ਸਾਡੇ 'ਚੋਂ ਕੋਈ ਚੂੰ ਨਹੀਂ ਕਰੂਗਾ। ਦੂਜੀ ਗੱਲ, ਮੈਂ ਕੱਲ੍ਹ ਪਾਰਟੀ ਨੂੰ, ਕੱਲ੍ਹ 61 ਸਰਪੰਚਾਂ ਦੀ ਇੱਕ ਲਿਸਟ ਦਿੱਤੀ ਆ, ਮੈਂ ਮੀਡੀਆ 'ਚ ਦੱਸਣਾ ਚਾਹੁੰਦਾ, ਉਹ 61 ਸਰਪੰਚਾਂ ਤੋਂ ਵੈਰੀਫਾਈ ਕਰ ਲੈਣ, ਸਾਡੇ ਬਾਰੇ ਵੀ ਅਤੇ ਹਰਦੀਪ ਮੁੰਡੀਆਂ ਬਾਰੇ ਵੀ ਵੈਰੀਫਾਈ ਕਰ ਲੈਣ, ਅਤੇ ਉਹਦਾ ਰਿਜ਼ਲਟ ਦੇਖ ਲੈਣ। ਬਾਹਲਾ ਦੂਰ ਜਾਣ ਦੀ ਲੋੜ ਨਹੀਂ। ਕੀ ਲੱਗਦਾ ਵੀ ਪੈਸੇ ਦੇ ਦਮ 'ਤੇ ਟਿਕਟ ਲਈ ਉਹਨੇ? ਅਸੀਂ ਇਲਜ਼ਾਮ ਨਹੀਂ ਲਾਉਂਦੇ, ਪਰ ਸਾਨੂੰ ਸ਼ੱਕ ਜੋ ਹੈਗਾ, ਅਸੀਂ ਆਪਣੇ ਕਿਸੇ ਸੀਨੀਅਰ ਆਗੂ 'ਤੇ ਇਲਜ਼ਾਮ ਨਹੀਂ ਲਾ ਰਹੇ, ਕਿਉਂਕਿ ਸਾਡੇ ਭਰਾ ਨੇ, ਪਰ ਜੋ ਅਸੀਂ ਆਮ ਸੋਸ਼ਲ ਮੀਡੀਆ 'ਤੇ ਜਾਂ ਉਹ ਆਮ ਜਨਤਕ ਗੱਲਾਂ ਸੁਣੀਆਂ ਨੇ, ਉਹ ਤੋਂ ਸਾਨੂੰ ਸ਼ੱਕ ਹੈਗਾ ਵੀ ਸਾਡੀਆਂ ਭਾਵਨਾਵਾਂ ਨੂੰ ਠੇਲ ਪਹੁੰਚੀ ਹੈ। ਬਲਜੀਤ ਗਰੇਵਾਲ ਜੀ ਦੱਸਣਗੇ। ਸਰ ਦੇਖੋ, ਸਰ ਦੇਖੋ, ਹਰ ਹਲਕੇ ਦੇ ਵਿੱਚ ਜਿੱਥੇ ਵੀ ਕਿਤੇ ਵਿਰੋਧ ਹੋਇਆ ਵਾ, ਉੱਥੇ ਜਾਂ ਤਾਂ ਕੋਈ ਬੰਦਾ ਇਹਨਾਂ ਨੇ ਆਪਦਾ ਸਿਫਾਰਸ਼ ਦੇ ਤਰੀਕੇ ਨਾਲ ਆਇਆ, ਜਿਵੇਂ ਆਪਾਂ ਪੈਸਿਆਂ ਦੀ ਗੱਲ ਕਰ ਲਓ ਜਾਂ ਕੋਈ ਵੀ ਆ,
ਜਾਂ ਕਿਸੇ ਨੂੰ ਵੀ ਇਹਨਾਂ ਨੇ ਨਵੇਂ ਬੰਦੇ ਨੂੰ ਟਿਕਟ ਦਿੱਤੀ ਆ ਉਹ ਮਹੀਨਾ ਜਾਂ ਦੋ ਮਹੀਨੇ ਜਾਂ ਤਿੰਨ ਮਹੀਨੇ ਪਹਿਲਾਂ ਦਿੱਤੀ ਆ ਉਹ ਇਸੇ ਤਰੀਕੇ ਨਾਲ ਹੀ ਆਇਆ ਜਿਵੇਂ ਅੱਜ ਇਹ ਸਾਡੇ ਜਾ ਕੇ ਖੜਿਆ ਵਾ ਇਹ ਜਿਹੜੇ ਇਹਨਾਂ ਨੇ ਵਲੰਟੀਅਰ ਉੱਪਰੋਂ ਸ਼ਾਮਿਲ ਕਰਕੇ ਲੀਡਰ ਥੱਲੇ ਲਿਆਉਂਦੇ ਆ ਉਹ ਕੋਈ ਸਾਡ ਕਾਰ ਦੇ ਥਰੂ ਹੀ ਆਏ ਆ ਐਵੇਂ ਨਹੀਂ ਆਏ ਹੈਗੇ ਪਾਰਟੀ ਦੀ ਨੀਤੀਆਂ ਤੇ ਸ਼ੰਕਾ ਫਿਰ ਨਹੀਂ ਜੀ ਕਿਤੇ ਨਾ ਕਿਤੇ ਸਾਨੂੰ ਸ਼ੰਕਾ ਵੀ ਇਸ ਸਮੇਂ ਰਾਘਵ ਚੱਡਾ ਜੀ ਪਾਰਟੀ ਦੀ ਸ਼ਾਖ ਨੂੰ ਖਰਾਬ ਕਰਨ ਲੱਗੇ ਹੋਏ ਆ ਰਾਘਵ ਚੱਡਾ ਜੀ ਪਾਰਟੀ ਦੀ ਸ਼ਾਖ ਨੂੰ ਖਰਾਬ ਕਰਨ ਲੱਗੇ ਹੋਏ ਆ ਸਾਨੂੰ ਸ਼ੰਕਾ ਜੀ ਇਸ ਗੱਲ 'ਚ ਪੂਰਾ ਪੂਰਾ ਬਿਲਕੁਲ ਔਰ ਫਰਕ ਲੱਗ ਰਿਹਾ ਨਹੀਂ ਦੇਖੋ ਪਾਰਟੀ ਦੇਖੋ ਸਾਨੂੰ ਅੱਜ ਵੀ ਅਰਵਿੰਦ ਜੀ 'ਤੇ ਪੂਰਾ ਭਰੋਸਾ ਆ ਉਹਨਾਂ ਨੇ ਬਹੁਤ ਕੰਮ ਕੀਤੇ ਆ ਵਧੀਆ ਕੀਤਾ ਪੰਜਾਬ 'ਚ ਲਹਿਰ ਚੱਲੀ ਆ ਪਰ ਕਿਤੇ ਨਾ ਕਿਤੇ ਅਰਵਿੰਦ ਜੀ ਦੀ ਸੁਪਰਵਿਜ਼ਨ ਦੇ ਵਿੱਚ ਕਮੀ ਆ ਰਹੀ ਆ ਜਿਹੜੀ ਰਾਘਵ ਚੱਡਾ ਜੀ ਚਾਹੇ ਮੋਗਾ ਸੀਟ ਆ ਨਵਾਂ ਸ਼ਹਿਰ ਸੀਟ ਨੂੰ ਦੇਖ ਲਓ ਸਾਰੀ ਟੀਮ ਇੱਕ ਪਾਸੇ ਆ ਉੱਥੇ ਚੱਕ ਕੇ ਉਹ ਜਿਹੜਾ ਸ਼ਾਮਿਲ ਕੀਤਾ ਕਾਂਗਰਸੀ ਉਹਨੂੰ ਟਿਕਟ ਦਿੱਤੀ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਤੁਹਾਡੇ ਆਪਣੇ ਪਰਿਵਾਰ ਨੂੰ ਤੁਸੀਂ ਕਿਉਂ ਨਹੀਂ ਲੀਡਰ ਬਣਾ ਰਹੇ ਤੁਹਾਡੇ ਲੀਡਰਾਂ 'ਤੇ ਵਿਸ਼ਵਾਸ ਕਿਉਂ ਨਹੀਂ ਸੈਟਿੰਗ ਹੋਈ ਹੈ ਜੀ ਸੈਟਿੰਗ ਹੋ ਗਈ ਨਾ ਅੱਜ ਫੇਰੇ ਹੈਗੇ ਆ ਜੀ ਬਿਲਕੁਲ ਅੱਜ ਕਿਤੇ ਨਾ ਕਿਤੇ ਰਾਘਵ ਚੱਡਾ ਜੀ ਵਰਗੇ ਜਿਹੜੇ ਵੱਡੇ ਲੀਡਰ ਨੇ ਜਿਨ੍ਹਾਂ 'ਤੇ ਜਿਹੜੇ ਬਹੁਤ ਆਪਣੇ ਆਪ ਨੂੰ ਖੱਬੀ ਖਾਨ ਸਮਝਦੇ ਆ ਜਿਹੜੇ ਕਦੇ ਨਨਕਾਣਾ ਸਾਹਿਬ 'ਤੇ ਗਲਤ ਬਿਆਨ ਦਿੰਦੇ ਆ ਗਲਤ ਬਿਆਨ ਦਿੰਦੇ ਹੋਰ ਵੀ ਗਲਤ ਬਿਆਨਬਾਜ਼ੀਆਂ ਕਰਦੇ ਆ ਪੰਜਾਬ ਦੇ ਲੀਡਰਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਕਿਤੇ ਨਾ ਕਿਤੇ ਰਾਘਵ ਚੱਡਾ ਸੀ ਇਸ ਗੱਲ ਲਈ ਕਿਉਂਕਿ ਜਰਨੈਲ ਸਿੰਘ ਜੀ ਦੇਖੋ ਉਹ ਭੱਦਰ ਪੁਰਸ਼ ਆ ਉਸ ਬੰਦੇ ਨੂੰ ਸਿਰਫ ਇੱਕ ਮੁਖੌਟਾ ਬਣਾਇਆ ਹੋਇਆ ਉਹਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਔਰ ਜਰਨੈਲ ਰਾਘਵ ਚੱਡਾ ਜੀ ਸਿੱਧੇ ਸਿੱਧੇ ਇਸ ਕੰਮ ਲਈ ਦੋਸ਼ੀ ਆ ਜਿੰਨੀਆਂ ਵੀ ਟਿਕਟਾਂ ਰੌਂਗ ਹੋਈਆਂ ਜੀ ਇਹ ਤਾਂ ਹੁਣ ਰਾਘਵ ਚੱਡਾ ਜੀ ਨੂੰ ਪੁੱਛੋ ਜੀ ਉਹ ਦੱਸੋ ਮੰਗ ਕੀਤੀ ਕਿ ਕੋਈ ਗੱਲਬਾਤ ਇੱਦਾਂ ਦੀ ਹੋਈ ਤੁਹਾਡੀ ਵੀ ਹਾਂ ਤੁਹਾਨੂੰ ਜਿਹੜਾ ਰਿਜੈਕਟ ਕੀਤਾ ਗਿਆ ਮੇਰੀ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਜ਼ਰੂਰ ਪ੍ਰੈਸ ਨੂੰ ਮੇਰੇ ਭਰਾ ਨੇ ਸਤਿਕਾਰਯੋਗ ਨੇ ਮੇਰੀ ਆਪਣੀ ਪਰਸਨਲ 28 ਤਰੀਕ ਨੂੰ ਮੀਟਿੰਗ ਹੋਈ ਆ ਸੰਦੀਪ ਪਾਠਕ ਜੀ ਨਾਲ ਪਾਠਕ ਸਾਹਿਬ ਨੇ ਮੈਨੂੰ ਕਿਹਾ ਆਪਕਾ ਸਰਵੇ ਬਿਲਕੁਲ ਪੂਰਾ ਹੈ ਆਪਕਾ ਹਰ ਜਗ੍ਹਾ 'ਤੇ ਨਾਮ ਹੈ ਹਰ ਜਗ੍ਹਾ ਬੜੀਆ ਹੈ ਹੋ ਸਕਦਾ ਮੇਰੇ ਭਰਾਵਾਂ ਤੋਂ ਵੀ ਰਿਪੋਰਟ ਲੱਭੀ ਇਹਨਾਂ ਨੇ ਮੇਰੇ ਹੱਕ 'ਚ ਰਿਪੋਰਟ ਦਿੱਤੀ ਹੋਵੇ ਹੋ ਸਕਦਾ ਮੈਂ ਕਲੀਅਰ ਨਹੀਂ ਔਰ ਮੇਰੇ ਤੋਂ ਅਗਰ ਪਾਰਟੀ ਰਿਪੋਰਟ ਇਹਨਾਂ ਲਈ ਲੈਂਦੀ ਆ ਮੈਂ ਵੀ ਪੋਜ਼ਿਟਿਵ ਹਾਂ ਹਮੇਸ਼ਾ ਇਹਨਾਂ ਬੰਦਿਆਂ ਲਈ ਚਾਹੇ ਇਹਨਾਂ ਨੂੰ ਟਿਕਟ ਮਿਲੇ ਆਪਾਂ ਨਾਲ ਖੜੇ ਹਾਂ ਔਰ ਸਾਡੀ ਮੇਰੀ ਆਪ ਰਾਘਵ ਜੀ ਨਾਲ ਗੱਲ ਹੋਈ ਹੈ ਰਾਘਵ ਜੀ ਨੇ ਮੈਨੂੰ ਆਪ ਕਿਹਾ ਵੀ ਕ੍ਰਿਮੀਨਲ ਰਿਕਾਰਡ ਸਾਰੇ ਆਗੂਆਂ ਨਾਲੋਂ ਤੇਰਾ ਇੱਕ ਨੰਬਰ 'ਤੇ ਹੈ ਔਰ ਇਸ ਜਿਹਨੂੰ ਕੈਂਡੀਡੇਟ ਬਣਾਇਆ ਵਾ ਕਿ ਉਹਦਾ ਕ੍ਰਿਮੀਨਲ ਰਿਕਾਰਡ 0% ਹੈ ਕਿ ਇਹਦੇ 'ਤੇ ਇੰਨੇ ਪਰਚੇ ਦਰਜ ਹੋਏ ਹੋਏ ਨੇ ਅਸੀਂ ਹੈਰਾਨ ਹੈਗੇ ਹਾਂ ਕਿ ਪਾਰਟੀ ਨੇ ਕਿਉਂ ਇੱਦਾਂ ਦਾ ਫੈਸਲਾ ਲਿਆ ਅੱਜ ਸਵੇਰੇ ਜਿਹੜੇ ਕਿ ਸਾਡੇ ਲੁਧਿਆਣੇ ਦਫ਼ਤਰ ਦੇ ਬੜੇ ਸੀਨੀਅਰ ਆਗੂ ਨੇ ਉਹਨਾਂ ਨਾਲ ਮੇਰੀ ਅੱਜ ਸਵੇਰੇ ਫੋਨ 'ਤੇ ਗੱਲ ਹੋਈ ਸੀ ਔਰ ਉਹਨਾਂ ਨੇ ਮੈਂ ਤੁਹਾਨੂੰ ਰਿਕਾਰਡਿੰਗ ਵੀ ਮੀਡੀਆ ਨੂੰ ਭੇਜ ਦਿੰਦਾ ਔਰ ਉਹਨਾਂ ਨੇ ਸਾਫ਼ ਇਹ ਗੱਲ ਕਹੀ ਹੈ ਕਿ ਉਰੇ ਦੇ ਅਮਨ ਮੋਹੀ ਅਤੇ ਨਾਲ ਇਮਰਾਨ ਸਿੰਘ ਨੇ ਇਮਰਾਨ ਖਾਨ ਉਹਨੇ ਇਹ ਸੈਟਿੰਗ ਕਰਵਾਈ ਹੈਗੀ ਆ ਜਿਸ ਚੀਜ਼ ਦਾ ਮੈਂ ਤੁਹਾਨੂੰ ਆਹ ਰਿਕਾਰਡਿੰਗ ਸੁਣਾ ਦਿੰਦਾ ਕਿੱਦਾਂ ਦੀ ਸੈਟਿੰਗ ਹੋਈ ਹੈ ਤੁਸੀਂ ਸੈਟਿੰਗ ਉਹਨੇ ਵਾਹਿਗੁਰੂ ਜਾਣੇ ਜੀ ਸੈਟਿੰਗ ਉਹਨੇ ਵਾਹਿਗੁਰੂ ਜਾਣੇ ਆਪਾਂ ਕੋਈ ਮੰਗ ਕੀਤੀ ਕਿ ਹੁਣ ਤੱਕ ਨਹੀਂ ਸਾਡੇ ਤੋਂ ਮੰਗ ਨਹੀਂ ਕੀਤੀ ਗਈ ਪਰ ਸਾਡੇ ਤੋਂ ਸਾਡੇ ਸਾਰੇ ਹੱਕ ਖੋਹ ਲਏ ਇਹਨਾਂ ਨੇ ਜਾਂ ਸਾਨੂੰ ਇੰਨੀ ਮਿਹਨਤ ਕੀਤੀ ਸਾਡੀ ਜ਼ੀਰੋ ਹੋ ਗਈ ਅਸੀਂ ਪਾਰਟੀ ਦੇ ਵੈਲ ਵਿਸ਼ਰ ਹਾਂ ਔਰ ਕਿਉਂਕਿ ਅਸੀਂ ਜਦੋਂ ਖਹਿਰਾ ਵਰਗੇ ਲੋਕ ਜਾ ਰਹੇ ਸੀ ਖਹਿਰੇ ਨੇ ਨੁਕਸਾਨ ਕੀਤਾ ਪਾਰਟੀ ਦਾ ਉਹਨਾਂ ਔਖਿਆਂ ਸਮਿਆਂ 'ਚ ਅਸੀਂ ਬਲਜੀਤ ਵੀਰਾ ਬੈਠਾ ਅਸੀਂ ਬਲਾਕ ਸਮਿਤੀਆਂ ਜ਼ਿਲ੍ਹਾ ਪਰਿਸ਼ਦ ਲੜੀਆਂ ਔਰ ਉਦੋਂ ਇਹ ਬੰਦੇ ਕਿੱਥੇ ਸੀ ਬਿੱਟੀ ਨਾਲ ਮਲਾਈ ਖਾ ਰਹੇ ਸੀ ਸਾਡਾ ਭਵਿੱਖ ਦਾ ਜੋ ਵੀ ਫੈਸਲਾ ਹੋਊਗਾ ਅਸੀਂ ਉਹ ਵੀ ਫੈਸਲਾ ਅਰਵਿੰਦ ਕੇਜਰੀਵਾਲ ਦੀ ਸੋਚ 'ਤੇ ਲੈਣਾ ਅਸੀਂ ਭ੍ਰਿਸ਼ਟਾਚਾਰੀ ਬੰਦੇ ਦਾ ਸਾਥ ਨਹੀਂ ਦੇਵਾਂਗੇ ਜਿਹੜਾ ਕੋਈ ਇਮਾਨਦਾਰ ਬੰਦਾ ਹੋਊਗਾ ਚਾਹੇ ਉਹ ਪਾਰਟੀ ਟਿਕਟ ਚੇਂਜ ਕਰ ਦੇਵੇ ਚਾਹੇ ਉਹ ਕੋਈ ਸਾਨੂੰ ਹੋਰ ਕੈਂਡੀਡੇਟ ਜਿਹੜਾ ਇਮਾਨਦਾਰ ਕੈਂਡੀਡੇਟ ਲੱਗੂਗਾ ਅਸੀਂ ਮਿਲ ਕੇ ਸਲਾਹ ਕਰਕੇ ਵਲੰਟੀਅਰਾਂ ਨਾਲ ਲੋਕਾਂ ਨਾਲ ਸੰਗਤ ਨਾਲ ਹਲਕੇ ਸਾਹਨੇਵਾਲ ਦੇ ਲੋਕਾਂ ਨਾਲ ਜੋ ਵੀ ਡਿਸੀਜਨ ਹੋਊਗਾ ਅਸੀਂ ਭਵਿੱਖ ਦੇ ਲਈ ਇਮਾਨਦਾਰੀ ਦਾ ਜਿਹੜਾ ਡਿਸੀਜਨ ਲਵਾਂਗੇ ਤੁਹਾਨੂੰ ਲੱਗਦਾ ਕਿ ਪਾਰਟੀ ਚੇਂਜ ਕਰ ਦੂਗੀ ਟਿਕਟ ਦੇਖੋ ਜੀ ਬਹੁਤ ਕੁਝ ਹੋ ਸਕਦਾ ਕਿਉਂਕਿ ਜੇ ਸੰਭਾਵਨਾ ਜੀ ਜੇ ਪਾਰਟੀ ਜਿੱਤਣ ਦੀ ਸਰਕਾਰ ਨਾਲ ਸਰ ਦੋ ਵਾਰ ਕਿਉਂਕਿ ਜੇ ਪਾਰਟੀ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ ਇੱਕ ਮਿੰਟ ਗੁਰਚਰਨ ਜੀ ਇੱਕ ਬੇਨਤੀ ਹੈ ਜੀ ਅਸੀਂ ਪਾਰਟੀ ਤੋਂ ਜਵਾਬ ਲੈਣਾ ਚਾਹੁੰਦੇ ਹਾਂ 2014 ਵਾਲਾ ਹਰਿੰਦਰ ਖਾਲਸਾ ਕਿੱਥੇ ਆ ਅਸੀਂ ਪਾਰਟੀ ਤੋਂ ਜਵਾਬ ਲੈਣਾ ਚਾਹੁੰਦੇ ਹਾਂ 2017 ਵਾਲਾ ਭਗੌੜਾ ਹਰਜੋਤ ਬੈਂਸ ਕਿੱਥੇ ਆ ਅਸੀਂ ਪਾਰਟੀ ਤੋਂ ਜਵਾਬ ਲੈਣਾ ਚਾਹੁੰਦੇ ਹਾਂ ਜਿਹੜਾ ਆ ਬੰਨੀ ਦੁੱਲੋਂ ਦਿੱਤਾ ਸੀ ਸਾਨੂੰ ਚੱਕ ਕੇ MP ਦੀ ਇਲੈਕਸ਼ਨ 'ਚ ਉਹ ਕਿੱਥੇ ਆ ਜਲੂਸ ਸਾਡਾ ਕਢਾਉਣ ਲਈ ਅਸੀਂ ਰੱਖੇ ਹੋਏ ਜਲੂਸ ਕਢਾਉਣ ਲਈ ਜਨਤਾ ਤੋਂ ਜਾ ਕੇ ਅਸੀਂ ਬੇਇੱਜ਼ਤੀਆਂ ਕਰਵਾਈਆਂ ਕਾਨੂੰਨੀ ਰੱਖੇ ਜਨਤਾ ਤੋਂ ਜਾ ਕੇ ਅਸੀਂ ਬੇਇੱਜ਼ਤੀਆਂ ਕਰਾਈਏ ਤੇ ਹੁਣ ਇਹ ਲੋਕ ਸਾਡੇ ਸਿਰ ਤੇ ਆ ਕੇ ਬੈਠ ਜਾਣ ਇਸ ਚੀਜ਼ ਦਾ ਅਸੀਂ ਵਿਰੋਧ ਕਰਦੇ ਹਾਂ ਔਰ ਅਸੀਂ ਜੇ ਪਾਰਟੀ ਨੇ ਟਿਕਟ ਨਾ ਚੇਂਜ ਕੀਤੀ 24 ਘੰਟੇ ਦੇ ਅੰਦਰ ਤੇ ਅਸੀਂ ਉਹਦਾ ਵਿਰੋਧ ਵੀ ਕਰਾਂਗੇ ਤੇ ਆਮ ਜਨਤਾ ਨੂੰ ਵੀ ਅਪੀਲ ਕਰਦੇ ਹਾਂ ਵੀ ਇਹ ਆਮ ਜਨਤਾ ਆਮ ਆਦਮੀ ਪਾਰਟੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਪਈ ਹੈ ਤੇ ਇਹ ਵੀ ਅਕਾਲੀ ਕਾਂਗਰਸੀਆਂ ਦੇ ਨਾਲ ਮਿਲੇ ਹੋਏ ਨੇ ਇੱਕੋ ਇੱਕ ਯਕੀਨ ਹੈਗਾ ਸਿਰਫ 24 ਘੰਟੇ ਦੇ ਵਿੱਚ ਜੇ ਆਪਣਾ ਫੈਸਲਾ ਬਦਲ ਲੈਂਦੇ ਨੇ ਕਾਨਫਰੰਸ ਕੀਤੀ ਗਈ ਹੈ ਪੁਰਾਣੇ ਕਹਿੰਦੇ ਵਰਕਰਾਂ ਸੀ ਪਰ ਸਾਨੂੰ ਅਣਦੇਖਿਆ ਕੀਤਾ ਗਿਆ ਦੇਖੋ ਜੀ ਪਾਰਟੀ ਬਹੁਤ ਸਾਰੇ ਫੈਕਟਰਸ ਦੇਖਦੀ ਹੈ
ठीक है जरूर कुछ पुराने वर्कर्स होंगे बट पार्टी ने विजिबिलिटी भी देखनी है, पार्टी ने बंदे का प्रभाव भी देखना, तो पार्टी ने यह भी देखना कि कौन उस टाइम पर उस माहौल फिट होंगे। तो पार्टी का जो फैसला है वो बड़े फैक्टर्स देख के लिया जाता है। तो असी तो बार बार सारे कहने कि असी टिकटा लेनी पार्टी चाहे, तो जे एक टिकट नहीं मिली तो फिर पार्टी माड़ी थोड़ी हो जाती होंगी है। सो इस करके मैं नहीं समझता इस कोई दम है। बिल्कुल गलत है, मुंडिया साहब पुराने वॉलंटियर ने ते उन्होंने सारी तरह के वर्क नू देख के पार्टी के क्राइटेरिया देख के, हाँ इलेक्शन तो 2-3 महीने पहला सारे बड़े टिकट के दावेदार जोड़े होंगे वो बहुत ज़्यादा एक्टिविटीज कर पेंदे है। तो मैनू नहीं लगता कि किसी को जो टिकट नहीं मिली तो वो पिछे इन्नी आपत्ति जतानी चाहिए है, क्योंकि पार्टी नोज बैटर, वो बड़ी पिक्चर देख रहे हैं, तुम आपका जाति जाति मुफाद देख रहे हो, वो बड़ी पिक्चर देख रहे, तो वो देख के उन्होंने जो फैसला लिया बिल्कुल सही है। पैसे वाली गल जी कहते हैं बिल्कुल सरासर बेबुनियाद है, गरीब सरसा वाली करी। उन्होंने कहा कि मुंडिया साहब के उत्ते कई तरह के इल्जाम ने, बिच पर्ची भी चलते ने, उन्होंने रिकॉर्ड को लेके भी सवाल उठाए ने। देखो जी किसी तो कुछ भी कह दौ, जे परचे चल रहे कुछ करते तो पार्टी को दिखाने चाहिए से इन्हों, तो जे पार्टी में कुछ टेंजिबल नजर आता पार्टी बिल्कुल टिकट ना देंगी, जे किसी के कहन ना इल्जाम सिद्ध नहीं होंगे होंगे। सर सर उन्होंने हम अल्टीमेट देता है 24 घंटे अंदर, कहते जो नहीं कुछ करेगी आइटम तो बगावत शुरू कर दी जाएगी। सर कर लें उस कोई ऐसी कोई गल नहीं है कि जो तुम जो हर बंद अपने जाति हक हों डेमोक्रेसी काम करना जो करना चाहते वो कर लैन, पार्टी ने फैसला ले लिया, जो लोग पार्टी के फैसले को चंगा समझे तो बंदे जिता लेंगे, नहीं समझे तो नहीं जिता। वह कहते जिस तरह लुधियाने के पुराने वर्करों को हम गौलियां किया गया वा, चाहे मदन लाल बग्गा की गल करिए, चाहे भोला गरेयाल भोला की गल करिए, पप्पी शाहपुरी प्राशद की गल करिए, कहते कुलवंत सिद्धू की गल करिए, कहते सारे नवे बंद टिकटा दी गई, पुराने वर्कर किसी भी टिकट नहीं दी। देखो जी जिथे पार्टी को बंदे नहीं सी, जिथे पार्टी को संगठन नहीं सी, उत्थे संगठन खड़ा करना जरूरी सी। बदकिस्मती नाल पिछली MC इलेक्शन तो बाद साडे संगठन बहुत कमजोर हो गया सी, साडे कोल उन्हां एरिया च बंदे नहीं सी, ते जे उत्थे सानू ठीक बंदे मिले ते पार्टी ने उन्हां नूं चुन के ला दित्ता। ब्यूरो रिपोर्ट्स, लुधियाना टाइम्स।